ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਵਾਲਾ ਬਟਨ ਦਬਾ ਕੇ 올 ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਇਸ ਨਾਲ ਤੁਹਾਨੂੰ ਜੋ ਅਗਲਿਓ ਵੀਡੀਓਜ਼ ਹੈ ਉਹਨਾਂ ਦੀ ਇਨਫਰਮੇਸ਼ਨ ਮਿਲ जाया ਕਰੇਗੀ ਹਾਂਜੀ ਦੋਸਤੋ ਬਹੁਤ ਜਣਿਆਂ ਕੋਲ ਪੁੱਛਿਆ ਜਾ ਰਿਹਾ ਹੈ ਕਿ ਕਮੈਂਟ ਬਾਕਸ ਵਿੱਚ ਕਮੈਂਟ ਪਾ ਕੇ ਕਿ ਤੀਜੀ ਕਿਸ਼ਤ ਜੋ ਮਜ਼ਦੂਰਾਂ ਨੂੰ 3000 ਰੁਪਏ ਦੀ ਹੈ ਉਹ ਆਏਗੀ ਕਿ ਨਹੀਂ ਆਏਗੀ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਨੂੰ ਦੱਸਿਆ ਸੀ ਕਿ ਇੱਕ ਵੀਡੀਓ ਰਾਹੀਂ ਕਿ ਦੂਜੀ ਕਿਸ਼ਤ ਮਜ਼ਦੂਰਾਂ ਨੂੰ ਦਿੱਤੀ ਜਾਏਗੀ ਕਿ ਨਹੀਂ ਦਿੱਤੀ ਜਾਏਗੀ ਜਦੋਂ ਅਸੀਂ ਵੀਡੀਓ ਪਾਈ ਸੀ ਤਾਂ ਉਸ ਤੋਂ 2-3 ਦਿਨਾਂ ਬਾਅਦ ਹੀ ਦੂਜੀ ਕਿਸ਼ਤ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੇ ਖਾਤੇ ਵਿੱਚ ਪਾ ਦਿੱਤੀ ਗਈ ਸੀ ਕਿ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਲਾਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ ਲਾਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ ਤੇ ਇਸ ਵਿੱਚ ਚਾਂਸ ਘੱਟ ਹਨ ਕਿ ਤੀਜੀ ਕਿਸ਼ਤ ਆਵੇ ਜਾਂ ਨਾ ਆਵੇ ਕਿਉਂਕਿ ਸਰਕਾਰ ਦੁਆਰਾ ਕਈ ਕੰਮ ਖੋਲ ਦਿੱਤੇ ਗਏ ਹਨ ਮਜ਼ਦੂਰਾਂ ਦੇ ਜਿਵੇਂ ਕਿ ਪੱਠੇ ਮੁੱਲ ਤਰਾਂ ਤੇ ਹੋਤੇ ਹੋਰ ਮਜ਼ਦੂਰੀ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਤੇ ਇਸ ਲਈ ਕਿ ਇਹ ਚਾਂਸ ਬਹੁਤ ਘੱਟ ਹੈਗੇ ਹਨ ਕਿ ਕਿਸ਼ਤ ਤੀਜੀ ਆਵੇ ਜਾਂ ਆਵੇ ਤਾਂ ਕਿਨੇ ਰੁਪਈਆ ਦੀ ਆਵੇ ਪਰੰਤੂ ਫਿਰ ਵੀ ਅਸਾਰੇ ਹੈ ਕਿ ਪੰਜਾਬ ਸਰਕਾਰ ਦੁਆਰਾ ਸ਼ਾਇਦ ਤੀਜੀ ਕਿਸ਼ਤ ਦਿੱਤੀ ਜਾਵੇਗੀ ਇਹ ਵੈਬਸਾਈਟ ਹੈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਦੀ ਤੁਸੀਂ ਇੱਥੇ ਲਾਸਟ ਤੇ ਜਾ ਕੇ इत रजिस्ट्रेशन नंबर ज आधार नंबर ज मोबाइल नंबर भर के भी कापी चैक कर सकते हो चैक की रजिस्ट्रेशन एप्लीकेशन स्टेटस से भी जाके काी चैक कर सकते हो ओके दोस्तों धनवाद चैनल न सबसक्राइब जरूर करना बैल आइकन वाला बटन